ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਨਾਲ ਲੜ ਰਹੇ ਲੋਕਾਂ ਦੇ ਇਲਾਜ ਦੇ ਲਈ ਹਸਪਤਾਲ ਦੇ ਲਈ ਐਮਪੀ ਲੈਡ ਫੰਡ ਦੇ ਵਿੱਚੋਂ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਵੈਂਟੀਲੇਟਰ ਅਤੇ ਮੈਡੀਕਲ ਕਿੱਟਾਂ ਅਤੇ ਇਸੇ ਤਰ੍ਹਾਂ ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਮੈਡੀਕਲ ਕਿੱਟਾਂ ਦੇ ਨਾਲ ਨਾਲ ਵੈਂਟੀਲੇਟਰ ਅਤੇ ਜਲਾਲਾਬਾਦ ਸਿਵਲ ਹਸਪਤਾਲ ਦੇ ਲਈ ਮੈਡੀਕਲ ਕਿੱਟ ਵੈਂਟੀਲੇਟਰ ਤੋਂ ਇਲਾਵਾ ਇੱਕ ਮੋਬਾਈਲ ਵੈਂਟੀਲੇਟਰ ਐਂਬੂਲੈਂਸ ਵੀ ਜਾਰੀ ਕੀਤੀ ਗਈ ਹੈ। ਕਿਸ ਤਰ੍ਹਾਂ ਦੇ ਜਿਹੜੀਆਂ ਸਿਹਤ ਸੁਵਿਧਾ ਨੂੰ ਲੈ ਕੇ ਜਿਹੜਾ ਹੈਗਾ ਕੁਝ ਫੰਡ ਜਿਹੜੇ ਜਾਰੀ ਕੀਤੇ ਗਏ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਕੀ ਹੈ ਕਿ ਸਰ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਫਿਰੋਜ਼ਪੁਰ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਪਿਛਲੇ ਦਿਨੀ ਜੋ ਕਿ ਕੋਰੋਨਾ ਦੀ ਭਿਆਨਕ ਬਿਮਾਰੀ ਨਾਲ ਆਪਣੇ ਵਰਲਡ ਜੂਝ ਰਿਹਾ, ਉਸ ਦੇ ਵਾਸਤੇ ਉਹਨਾਂ ਨੇ ਲੋਕ ਸਭਾ ਹਲਕੇ ਦੇ ਵਰੀ 1 ਕਰੋੜ ਰੁਪਏ ਦੀ ਰਾਸ਼ੀ ਆਪਦੇ ਅਖਤਿਆਰੀ ਕੋਟੇ 'ਚੋਂ ਦਾ ਐਲਾਨ ਕੀਤਾ ਸੀ। ਉਸ ਦੇ ਵਿੱਚ ਜਿਵੇਂ ਜਿਵੇਂ ਕੱਲ੍ਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਜੋ ਜਾਰੀ ਕੀਤੀ ਰਾਸ਼ੀ ਸੀ, ਉਸ ਵਿੱਚੋਂ ਜਲਾਲਾਬਾਦ ਹਦੇ ਹੋਸਪਿਟਲ ਨੂੰ 1 ਐਂਬੂਲੈਂਸ ਜਿਹੜੀ ਵਿਦ ਵੈਂਟੀਲੇਟਰ ਅਤੇ ਦੂਸਰਾ ਡਿਸਟ੍ਰਿਕਟ ਮੁਕਤਸਰ ਦੇ ਸਿਵਲ ਹਸਪਤਾਲ ਨੂੰ 1 ਵੈਂਟੀਲੇਟਰ, 1 ਫਿਰੋਜ਼ਪੁਰ ਦੇ ਹੋਸਪਿਟਲ ਨੂੰ 1 ਵੈਂਟੀਲੇਟਰ, ਜੋ ਕਿ 2 DC ਸਾਹਿਬਾਂ ਨੂੰ ਅਸੀਂ ਅੱਜ ਜਿਹੜਾ ਫੰਡਸ ਜਾਰੀ ਕਰਤਾ ਹੈ ਉੱਧਰਦਿਆਂ ਨੂੰ। ਬਾਕੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਕੋਈ ਪ੍ਰਸ਼ਾਸਨ ਨੂੰ ਜਿੱਥੇ ਜਿਵੇਂ ਲੋੜ ਹੋਊਗੀ ਵੈਂਟੀਲੇਟਰਸ ਦੀ, ਉਵੇਂ ਉਵੇਂ ਜਿਵੇਂ ਦੂਜੇ ਸ਼ਹਿਰਾਂ 'ਚ ਜਿਹੜੇ ਨਾਲ ਦੇ ਜਿਵੇਂ ਫਾਜ਼ਿਲਕਾ, ਅਬੋਹਰ, ਗੁਰੂ ਹਰ ਸਾਹਿਬ ਅਤੇ ਮਲੋਟ ਹੈ, ਉੱਥੇ ਵੀ ਇਹਨਾਂ ਨੂੰ 1-1 ਵੈਂਟੀਲੇਟਰ ਦੀ ਅਸੀਂ ਜਿਹੜੇ ਉਸ ਤਰ੍ਹਾਂ ਪ੍ਰਧਾਨ ਸਾਹਿਬ ਵੱਲੋਂ ਜੋ ਕਿਹਾ ਗਿਆ ਉੱਥੇ ਇਹਨਾਂ ਨੂੰ ਫੰਡ ਜਾਰੀ ਕਰਾਂਗੇ। ਅਤੇ ਜਲਾਲਾਬਾਦ ਦੇ ਵਿੱਚ 4 ਵੈਂਟੀਲੇਟਰ ਜੇ ਹੋਰ ਹੈ ਜੋ ਅਸੀਂ, ਕਿਉਂਕਿ ਐਡਾ ਵੱਡਾ ਹੋਸਪਿਟਲ ਜੋ ਪਿਛਲੀ ਸਰਕਾਰ ਦੇ ਸਮੇਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਦੀ ਨਿਗਰਾਨੀ ਹੇਠ ਹਸਪਤਾਲ ਤਿਆਰ ਕੀਤਾ ਸੀ, ਉਸ ਵਾਸਤੇ ਅਸੀਂ ਜਿਹੜੇ ਵੈਂਟੀਲੇਟਰ ਹੈ 4 ਹੋਰ ਉੱਥੇ ਨਾਲ। ਜਲਾਲਾਬਾਦ ਤੋਂ ਦਾ ਸਟੇਟ ਨਿਊਜ਼ ਦੇ ਲਈ ਮੌਂਟੀ ਚੁੱਕ ਦੀ ਰਿਪੋਰਟ।